ਸਿੱਧਾਂਤ ਕਿਹੜਾ ਪਸੰਦ ਹੈ ਤਾਂ? ਪਹਿਲਾਂ ਹੋਰ ਪਸੰਦ ਸੀਗਾ, ਲੇਕਿਨ ਹੁਣ ਇਮਰਾਨ ਖਾਨ ਪਸੰਦ ਹੈ। ਨਾ ਜਾਣੇ ਦਿਲ ਵਿੱਚ ਕੀ ਆਇਆ, ਨਾ ਜਾਣੇ ਦਿਲ ਵਿੱਚ ਕੀ ਆਇਆ। ਐਡੇ ਅੱਛੇ ਕਲਾਮ ਪੜ੍ਹਦੇ ਹੋ, ਕਦੀ ਕੋਈ ਐਸੀ ਸ਼ਖਸੀਅਤ ਦਾ ਤੁਹਾਡੇ ਨਾਲ ਟਾਕਰਾ ਨਹੀਂ ਹੋਇਆ ਕਿ ਤੁਹਾਨੂੰ ਉਹਨੇ ਆਫਰ ਕੀਤੀ ਹੋਵੇ ਕਦੀ? ਜ਼ਰਦਾਰੀ ਨੂੰ ਵੀ ਮੈਂ ਕਲਾਮ ਸੁਣਾਇਆ। ਅੱਛਾ। ਉਹਨੇ ਰੁਪਈਆ 3,00,000 ਦੇ ਦਿੱਤਾ ਸੀ। ਫਿਰ ਜਨਾਬ ਸ਼ੈਰੀ ਰਹਿਮਾਨ ਹੈਗੀ ਹੈ ਇੱਕ ਪੀਪਲ ਪਾਰਟੀ ਦੀ, ਉਹਨੂੰ ਵੀ ਸੁਣਾਇਆ। ਖੁਆਇਸ਼ ਕੀ ਹੈ, ਕਿਹਦੇ ਅੱਗੇ ਗਾਉਣ ਦਾ ਸ਼ੌਕ ਹੈ ਵੈਸੇ ਤੁਹਾਨੂੰ? ਮੇਰੀ ਖੁਆਇਸ਼ ਹੈ ਵਾ ਕਿ ਜਦੋਂ ਮੈਂ ਮਰਾਂ ਤਾਂ ਸਰਕਾਰਾਂ ਨੂੰ ਨਾਤ ਸੁਣਾਵਾਂ। ਮੀਆਂ ਬਖਸ਼ ਸਾਹਿਬ ਕਹਿੰਦੇ ਨੇ ਨਾ, ਅਦਲ ਕਰੇ ਤਾ ਥਰ ਥਰ ਕੰਬਲ ਉੱਚੀਆਂ ਸ਼ਾਨਾ ਅਸਲਾਮੁਅਲੈਕੁਮ ਨਾਜ਼ਰੀਨ, ਆਪ ਦੇਖ ਰਹੇ ਮੇਰਾ ਡਿਜੀਟਲ ਪਲੇਟਫਾਰਮ। ਨਾਜ਼ਰੀਨ, ਆਜ ਮੈਨੇ ਇੱਕ ਐਸਾ ਬੰਗੀ ਢੂੰਡਾ ਹੈ ਜੋ ਸੁਖਵਿੰਦਰ ਸਿੰਘ ਕੀ ਸੇਮ ਆਵਾਜ਼ ਮੇ ਗਾਤਾ ਹੈ। ਆਪ ਉਸਕੋ ਸੁਣੇਂਗੇ ਤੋ ਹੈਰਾਨ ਰਹਿ ਜਾਏਂਗੇ, ਸਾਥ ਸਾਥ ਬੰਗ ਵੀ ਪੀਤਾ ਹੈ ਔਰ ਇੰਜੋਏ ਵੀ ਕਰਤਾ ਹੈ। ਮੈਂ ਆਪਕੋ ਲੈ ਕੇ ਚਲਤਾ ਹੂੰ, ਮੇਰੇ ਪੀਛੇ ਸਾਰੇ ਮਨਾਜ਼ਰ ਆਪਕੋ ਸਮਾਨ ਦਿਖਾਏਗਾ। ਤੋ ਜੁੱਗੀਓ ਮੇ ਰਹਿਣੇ ਵਾਲਾ ਯੇ ਜੋ ਬੰਗੀ ਹੈ, ਯਹਾਂ ਪੇ ਯੇ ਕਿਆ ਸੀਨ ਚਲਤੇ ਹੈ, ਕਿਸ ਤਰ੍ਹਾਂ ਹੋਤਾ ਹੈ, ਕਿਸ ਤਰ੍ਹਾਂ ਸਿੰਗਿੰਗ ਚਲਤੀ ਹੈ, ਕਿਸ ਲਈ ਚਲਤੀ ਹੈ? ਅਭੀ ਯੇ ਮੈਂ ਦੇਖ ਰਹਾ ਹੂੰ ਕਿ ਇੱਕ ਸ਼ਖਸ ਜੋ ਹੈ ਯੇ ਬੰਗ ਜੋ ਹੈ ਵੋ ਘੋਟ ਕੇ ਲੈ ਕੇ ਆ ਰਹਾ ਹੈ ਪਿਆਲੇ ਮੇ ਡਾਲ ਕੇ। ਕਿਉਂ ਭਈ ਯੇ ਬੰਗ ਹੈ? ਹਾਂਜੀ। ਅੱਛਾ ਜੀ, ਬੰਗ ਹੈ ਬੈ ਤਾਂ ਜੀ ਬੈਠਦੇ। ਅਸਲਾਮ ਵਾਲੇਕੁਮ ਸਰ। ਵਾਹਿਬ ਸਾਹਿਬ ਸਰ, ਕੀ ਹਾਲ ਹੈ? ਖੈਰੀਅਤ ਹੈ? ਇੱਕ ਘੋਟ ਲਾ ਲਾਂ। ਬਿਲਕੁਲ ਘੁੱਟ ਸਾਥ ਸਾਥ ਬੰਗ ਕਾ ਲੱਗ ਰਿਹਾ ਹੈ ਔਰ ਉਸਕੇ ਬਾਅਦ ਜੋ ਹੈ ਨਸ਼ੇ ਮੇ। ਮੈਨੇ ਆਪਕਾ ਇੱਕ ਕਲਿਪ ਦੇਖਾ, ਬਹੁਤ ਵਾਇਰਲ ਹੋਏ ਹੋਏ, ਆਪ ਬੰਗ ਪੀ ਕੇ ਗਾਤੇ ਹੈ? ਮੈਂ ਗਾਉਂਦਾ ਤੇ ਭੰਗ ਪੀ, ਤੁਸੀਂ ਫੜਾ ਹੋਣਾ ਦੇਣਾ ਯਾਰ, ਪਤਾ ਲੱਗੇ ਡਾਲਾ ਆਇਆ ਆ ਉਹ ਭੰਗੀ ਨੂੰ ਤਾਂ ਫੜੋ। ਕੀ ਵਜ੍ਹਾ ਕੀ? ਭੰਗ ਪੀ ਕੇ ਕੀ ਬਹੁਤ ਅੱਛਾ ਗਾਇਆ ਜਾਂਦਾ? ਐਵੇਂ ਯਾਰ, ਦਰਵੇਸ਼ਾਨਾ ਨਸ਼ਾ ਹੈਗਾ ਥੋੜ੍ਹਾ ਜਿਹਾ, ਜ਼ਰਾ ਸਰੂਰ ਲੈ ਲਈਦਾ। ਅੱਛਾ, ਹੋਰ ਕੋਈ ਐਸੀ ਖਾਸ ਗੱਲ ਨਹੀਂ ਹੈਗੀ। ਅਤੇ ਹੁਣ ਤਾਂ ਮੈਨੂੰ ਡਰ ਲੱਗਣ ਲੱਗ ਗਿਆ, ਇਹ 5ਵਾਂ ਇੰਟਰਵਿਊ ਹੈ, ਕਿਧਰੇ ਆਇਆ ਸੀ, ਚੁੱਕੇ ਹੀ ਨਾ ਜਾਈਏ, ਚੁੱਕੇ ਨਾ ਜਾਈਏ। ਅੱਛਾ, ਮੈਨੂੰ ਇਹ ਬਤਾਇਆ, ਮੈਨੇ ਆਪਕੋ ਜੋ ਆਵਾਜ਼ ਸੁਣੀ ਹੈ, ਮੁਝੇ ਤੋ ਸੁਖਵਿੰਦਰ ਸਿੰਘ ਸੇ ਕਮ ਕੀ ਆਵਾਜ਼ ਨਹੀਂ ਲੱਗ ਰਹੀ ਸੀ, ਤੋ ਆਪ ਉਨਕੋ ਲਾਈਕ ਵੀ ਕਰਤੇ ਹੈ? ਉਹ ਮੇਰੇ ਉਸਤਾਦ ਨੇ, ਮੈਂ ਉਹਨਾਂ ਨੂੰ ਸੁਣ ਕੇ ਮੌਸੀਕੀ ਸ਼ੁਰੂ ਕੀਤੀ, ਕਿਉਂਕਿ ਰੱਬ ਨੇ ਉਹਨਾਂ ਨੂੰ ਜਿਹੜੀ ਆਵਾਜ਼ ਨਵਾਜ਼ੀ ਹੈ ਨਾ, ਉਹ ਕਿਆ ਹੀ ਬਾਤ ਹੈ। ਅੱਛਾ, ਉਹ ਜਿੱਥੋਂ ਸੁਰ ਕੱਢਦੇ ਨੇ, ਜਿਵੇਂ ਕਹਿੰਦੇ ਨੇ, ਬੜੀ ਗੱਲ ਹੈ ਜੀ, ਉਹਨਾਂ ਨੂੰ ਸਲਾਮ ਹੈ ਮੇਰਾ। ਅੱਛਾ, ਇਹ ਘੁੱਟ ਲਾ ਕੇ ਤੇ ਮੈਨੂੰ ਦੱਸੋ ਤੁਹਾਡੇ ਦਿਲ 'ਚ ਕੀ ਆਉਂਦਾ, ਫੀਲਿੰਗ ਕੀ ਆਉਂਦੀ, ਕਿਹੜਾ ਗਾਣਾ ਸੁਖਵਿੰਦਰ ਦਾ ਤੁਹਾਡੇ ਜ਼ਿਹਨ 'ਚ ਆਉਂਦਾ? ਲਓ ਜੀ, ਨਾਲੇ ਬੰਗ ਕਾ ਇਹ ਘੂੰਟ ਲੱਗ ਗਿਆ ਔਰ ਅਬ ਇਨ ਸੇ ਸੁਣਤੇ ਕਿਆ ਜ਼ਿਹਨ ਮੇ ਆਤਾ ਹੈ ਜੀ? ਨਾ ਜਾਣੇ ਦਿਲ ਵਿੱਚ ਕੀ ਆਇਆ, ਨਾ ਜਾਣੇ ਦਿਲ ਵਿੱਚ ਕੀ ਆਇਆ, ਇੱਕ ਪ੍ਰੇਮ ਦਾ ਪਿਆਲਾ ਪੀ ਆਇਆ, ਜਾ ਪੀ ਆਇਆ, ਜਾ ਪੀ ਆਇਆ, ਜਾ ਪ੍ਰੇਮ ਦਾ ਪਿਆਲਾ ਪੀ ਆਇਆ, ਜਾ ਪੀ ਆਇਆ, ਤੂੰ ਰਮਤਾ ਜੋਗੀ ਜੋਗੀ, ਰਮਤਾ ਜੋਗੀ ਜੋਗੀ, ਰਮਦਾ ਜੋਗੀ 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 ਜੋ ਦਣ 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 ਦਣ
ਤਾਜ ਹੋਗੀ। ਕਿਆ ਬਾਤ ਹੈ। ਅੱਛਾ ਜੀ, ਆਪਕਾ ਨਾਮ ਕਿਆ ਸਭ ਸੇ ਪਹਿਲੇ ਮੁਝੇ ਇਹ ਬਤਾਏ। ਮਹਿਮੂਦ ਆ, ਲੋਕੀ ਮਲੰਗ ਵੀ ਕਹਿੰਦੇ ਨੇ, ਤੁਸੀਂ ਮਹਿਮੂਦ ਮਲੰਗ ਕਹਿ ਲਓ। ਅੱਛਾ, ਮਹਿਮੂਦ ਆਪ ਹੀ ਸੀ, ਝੁੱਗੀ ਮੇ ਰਹਤੇ? ਆਹੋ ਜੀ, ਝੁੱਗੀ 'ਚ ਬਸੇਰਾ ਪਾ ਲਿਆ, ਬਹੁਤ ਮਜ਼ਾ ਆਉਂਦਾ। ਤੁਸੀਂ ਰਾਤ ਗੁਜ਼ਾਰੋ ਸਾਡੇ ਨਾਲ, ਭੁੱਲ ਜਾਓ ਤੁਸੀਂ ਦੁਨੀਆ ਦੀਆਂ ਹਵਾਵਾਂ, ਏਸੀ ਦੀਆਂ ਹਵਾਵਾਂ ਅਤੇ ਹੀਟਰਾਂ ਦੀਆਂ ਹਵਾਵਾਂ, ਇੱਥੇ ਤੁਹਾਨੂੰ ਫੁੱਲ ਮਜ਼ਾ ਆਏਗਾ। ਸਵੇਰੇ ਤੁਹਾਡੀ ਅੱਖ ਖੁੱਲ੍ਹੇਗੀ ਇਸ ਵਕਤ 'ਤੇ ਬਾਂਗਾਂ ਵਾਲੇ,
ਤੇ ਹੋਰ ਟੇਸਟ ਤੁਹਾਨੂੰ ਆਏਗਾ ਸਾਡੇ ਤਾਂ ਰੰਗ ਚਿੱਟੇ ਨੇ ਤੁਹਾਡੇ। ਅੱਛਾ ਜੀ, ਬੜੀ ਮਾਰਫਤ ਦੀਆਂ ਗੱਲਾਂ ਕਰਦੇ ਹੋ, ਮੈਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ ਸਿੰਗਿੰਗ ਦਾ, ਐਡਾ ਅੱਛਾ ਗਾਉਂਦੇ ਹੋ, ਇੰਨਾ ਵਾਇਰਲ ਹੋਏ ਹੋ ਇਸ ਟਾਈਮ, ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ, ਅੱਛੀ ਜ਼ਾਤ ਰੱਬ ਦੀ, ਕੁੱਲੀ ਜ਼ਾਤ ਰੱਬ ਦੀ, ਇਹ ਉਹਨੇ ਗਲਾ ਦਿੱਤਾ, ਉਹਦੀ ਤਾਰੀਫ ਪਹਿਲਾਂ ਕਰੀਦੀ ਆ, ਫਿਰ ਉਹਦੇ ਸਰਕਾਰ ਦੀ ਤਾਰੀਫ ਕਰੀਦੀ ਆ, ਫਿਰ ਜੇ ਦੁਨੀਆਦਾਰੀ ਰੋਟੀ ਪਾਣੀ ਕਮਾਉਣ ਵਾਸਤੇ ਕਹਿ ਲਈਦਾ। ਅਤੇ ਗੱਲ ਹੈ ਕਿ ਉਹ ਇੱਕ ਸ਼ੇਰ ਮੈਨੂੰ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਯਾਦ ਆਉਂਦਾ ਕਿ ਗੱਲ ਸਰਕਾਰਾਂ ਦੀ ਕੀਤੀ ਫਿਰ ਮਜ਼ਾ ਆਉਂਦਾ, ਅਤੇ ਉਹ ਹੈ ਵੇ ਹੋ ਮਿਸਰੀ ਦਾ ਮੈਨੂੰ ਮਜ਼ਾ ਨਹੀਂ ਆਇਆ, ਤੇ ਮਿਸਰੀ ਦਾ ਮੈਨੂੰ ਮਜ਼ਾ ਨਹੀਂ ਆਇਆ, ਤੇ ਮੈਂ ਸ਼ੱਕਰਾਂ ਵੀ ਚੱਖ ਡਿੱਠੀਆਂ, ਸ਼ੈਤ ਨਾਲੋਂ ਮੈਨੂੰ ਮਿੱਠੀਆਂ ਲੱਗੀਆਂ, ਸੋਹਣੇ ਯਾਰ ਸਰਕਾਰ ਲਜਪਾਲ ਦੀਆਂ ਗੱਲਾਂ। ਅਸੀਂ ਤਾਂ ਸਰਕਾਰਾਂ ਦੀ ਤਾਰੀਫ ਕਰੀਦੀ ਹੈ ਅਤੇ ਉਹਨਾਂ ਫਿਰ ਸਾਨੂੰ ਆਵਾਜ਼ ਨਵਾਜਦੀ ਹੈ, ਅਤੇ ਭਾਈ ਉਹਨਾਂ ਦੀ ਗੱਲ ਕਰੀਦੀ, ਬਾਕੀ ਅਸੀਂ ਸਾਡਾ ਗਲਾ ਨਹੀਂ ਕੰਮ ਕਰਦਾ, ਉਹ ਜਦੋਂ ਚਾਹੁੰਦੇ ਨੇ ਅਤੇ ਫਿਰ ਹੀ ਗਲਾ ਕੰਮ ਕਰਦਾ ਹੈਗਾ। ਅੱਛਾ ਮਹਿਮੂਦ ਭਾਈ, ਤੁਸੀਂ ਐਡਾ ਅੱਛਾ ਸੌਂਗ ਗਾਉਂਦੇ ਹੋ, ਐਡੇ ਅੱਛੇ ਕਲਾਮ ਪੜ੍ਹਦੇ ਹੋ, ਕਦੀ ਕੋਈ ਐਸੀ ਸ਼ਖਸੀਅਤ ਦਾ ਤੁਹਾਡੇ ਨਾਲ ਟਾਕਰਾ ਨਹੀਂ ਹੋਇਆ ਕਿ ਤੁਹਾਨੂੰ ਉਹਨੇ ਔਫਰ ਕੀਤੀ ਹੋਵੇ ਕਦੀ ਕੋਈ? ਸਹੀ ਦੱਸਾਂ, ਸਹੀ ਜ਼ਰਦਾਰੀ ਨੂੰ ਵੀ ਮੈਂ ਕਲਾਮ ਸੁਣਾਇਆ। ਅੱਛਾ, ਉਹਨੇ ਰੁਪਈਆ 3 ਕੁ ਲੱਖ ਦੇ ਦਿੱਤਾ ਸੀ। ਅੱਛਾ, ਉਹਦੇ ਸੈਕਟਰੀ ਨੇ। ਫਿਰ ਜਨਾਬ ਸ਼ੈਰੀ ਰਹਿਮਾਨ ਹੈਗੀ ਹੈ ਇੱਕ ਪੀਪਲ ਪਾਰਟੀ ਦੀ, ਉਹਨੂੰ ਵੀ ਸੁਣਾਇਆ, ਉਹਨੇ ਵੀ ਇਨਾਮ ਦਿੱਤਾ ਸੀ। ਬਥੇਰੇ ਲੋਕਾਂ ਨਾਲ ਮੁਲਾਕਾਤ ਹੋਈ ਆ, ਉਹ ਇਨਾਮ ਦੇ ਦਿੰਦੇ ਨੇ, ਵਾ ਇਨਾਮ ਅਸੀਂ ਖਾ ਪੀ ਕੇ ਅਤੇ ਡਕਾਰ ਮਾਰ ਲੈਂਦੇ। ਖਵਾਹਿਸ਼ ਕੀ ਹੈ, ਕਿਹਦੇ ਅੱਗੇ ਗਾਉਣ ਦਾ ਸ਼ੌਕ ਹੈ ਵੈਸੇ ਤੁਹਾਨੂੰ? ਮੇਰੀ ਖਵਾਹਿਸ਼ ਹੈ ਵਾ ਕਿ ਜਦੋਂ ਮੈਂ ਮਰਾਂ ਤਾਂ ਸਰਕਾਰਾਂ ਨੂੰ ਨਾਤ ਸੁਣਾਵਾਂ, ਮੇਰੀ ਇਹ ਖਵਾਹਿਸ਼। ਇਹ ਦੁਨੀਆਦਾਰੀ ਜਿਹੜੀ ਹੈ ਨਾ, ਇਹ ਠੀਕ ਆ ਤੁਸੀਂ, ਲੇਕਿਨ ਜਿਹੜੀ ਹੱਕ ਦੀ ਗੱਲ ਹੈ ਇਹੀ ਹੈ, ਮਿੱਟੀ ਮਿੱਟੀ ਦੇ ਅੰਦਰ ਜਾਣਾ ਵਾ, ਉੱਥੇ ਜਵਾਬ ਦੇਣਾ ਅਤੇ ਉਹਨਾਂ ਵਾਸਤੇ ਹੀ ਗਾਉਣਾ ਵਾ, ਇਹ ਮੇਰੀ ਖਵਾਹਿਸ਼ ਆ। ਬਾਕੀ ਦੁਨੀਆਦਾਰੀ ਦੇਖੋ, ਸਦਰ ਤੋਂ ਵੱਡਾ ਕਿਹੜਾ ਬੰਦਾ, ਸਦਰ ਸਾਹਮਣੇ ਵੀ ਮੈਂ ਗਾਇਆ ਅਤੇ ਉਹ ਠੀਕ ਆ ਬਸ, ਲੇਕਿਨ ਇੱਕ ਖਵਾਹਿਸ਼ ਮੇਰੀ, ਤੁਸੀਂ ਸੱਚੀ ਗੱਲ ਇਹ ਪੁੱਛੀ ਕਿ ਮੈਂ ਜਦੋਂ ਮਰਾਂ ਤਾਂ ਸਰਕਾਰ ਨੂੰ ਮੈਂ ਨਾਤ ਸੁਣਾਵਾਂ, ਅਤੇ ਬਸ ਇਹੀ ਮੇਰੀ ਖਵਾਹਿਸ਼ ਆ। ਕਿਉਂਕਿ ਮੀਆਂ ਬਖਸ਼ ਸਾਹਿਬ ਕਹਿੰਦੇ ਨੇ ਨਾ, ਅਦਲ ਕਰੇ ਤਾ ਅਦਲ ਕਰੇ ਤਾ ਥਰ 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 ਕੰਬਲ, ਅਦਲ ਕਰੇ ਤਾਂ ਜੇ ਰੱਬ ਅਦਲ ਤੇ ਆ ਗਿਆ ਤੇ ਥਰ ਥਰ ਕੰਬਣਾ ਸੀ। ਅਦਲ ਕਰੇ ਤਾ ਥਰ ਥਰ ਕੰਬਲ, ਉੱਚੀਆਂ ਸ਼ਾਨਾਂ ਵਾਲੇ ਫਜ਼ਲ ਕਰੇ ਤਾ ਬਖਸ਼ੇ ਜਾਵਣ, ਓ ਮੈਂ ਜੇ ਮੂੰਹ ਕਾਲੇ ਫਜ਼ਲ ਕਰੇ ਤਾਂ ਬਖਸ਼ੇ ਜਾਵਣ, ਕਿਦੇ ਮੈਂ ਜੈ ਮੂੰਹ ਕਾਲੇ, ਇੱਕ ਕਿੱਚੜ ਭਰੀਆਂ ਤੇਰੇ ਦਰ ਤੇ ਖੜੀਆਂ, ਮੌਲਾ ਕੁਰਬ ਹਜ਼ੂਰੋਂ ਪਾਵਣ, ਇੱਕ ਚੂੜੇ ਵਾਲੀਆਂ ਮਾਣ ਕਰੇਵਣ, ਦੂਰ ਹਟਾਈਆਂ ਜਾਵਣ, ਇੱਕ ਨਾ ਨੂੰ ਤੂੰ ਇਤਨਾ ਦੇਵੇ, ਮੌਲਾ ਬਸ ਬਸ ਕਰਨ ਜ਼ਬਾਨੋ, ਇੱਕ ਦਾ ਨਾਮ ਨਿਸ਼ਾਨ ਮਿਟਾਵੇ, ਉਹ ਖਾਲੀ ਜਾਨ ਜਹਾਨ। ਉਹ ਟਾਈਟੈਨਿਕ ਦੇ ਨਹੀਂ ਸੈਰ ਕਰਨ ਗਏ ਸੀ ਜਿਹੜੇ ਪਾਕਿਸਤਾਨੀ ਸ਼ਹਿਜ਼ਾਦੇ, ਅਮੀਰ ਬੰਦੇ, ਉਹ ਵੇਖ ਲਓ ਅਰਬਪਤੀ ਬੰਦੇ ਸੀ,
ਉਹ ਹੁਣ ਬੰਦੇ ਦਾ ਇੱਕ ਦਾ ਨਾਮ ਨਟਾ ਨਿਸ਼ਾਨ ਮਿਟਾਵੇਂ ਖਾਲੀ ਜਾਣ, ਉਹ ਖਾਲੀ ਗਏ ਨੇ, ਉਹਨਾਂ ਦੀ ਤਾਂ ਲਾਸ਼ਾਂ ਵੀ ਨਹੀਂ ਲੱਭੀਆਂ। ਇਹ ਮਾਲਦਾਰਾਂ ਵਾਸਤੇ ਮੇਰਾ ਮੈਸੇਜ ਆ, ਖੁਦਾ ਦਾ ਨਾਲ ਜਿਹੜੇ ਰੱਬ ਨੇ ਤੁਹਾਨੂੰ ਮਾਲ ਦਿੱਤਾ ਉਹਦੀ ਤਕਸੀਮ ਚੰਗੀ ਕਰੋ, ਅਤੇ ਜਿਹੜੇ ਰੱਬ ਨੇ ਤੁਹਾਨੂੰ ਇਕਤਦਾਰ ਦਿੱਤਾ ਉਹ ਭਾਵੇਂ ਇੱਕ ਸੰਤਰੀ ਤੋਂ ਲੈ ਕੇ ਅਤੇ ਸਦਰ ਤੀਕਰ, ਉਸ ਇਕਤਦਾਰ ਨੂੰ ਹਲਾਲੀ ਤਰੀਕੇ ਨਾਲ ਇਸਤੇਮਾਲ ਕਰੋ। ਇਹ 40-50-60 ਸਾਲ ਦੀ ਜ਼ਿੰਦਗੀ ਦੇ ਵਿੱਚ ਨਾ ਇਹ ਐਡੇ ਵੱਡੇ ਝੂਠ, ਗਬਨ, ਫਰਾਡ, ਧੋਖੇ, ਹੱਕ ਖਾ ਕੇ ਵਕਤ ਜ਼ਾਇਆ ਨਾ ਕਰੋ। ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹਿਸਾਬ ਦੇਣਾ ਪੈਣਾ ਨਾ, ਉਹ 60,000 ਸਾਲ ਨਾਲ ਵੀ ਜ਼ਰਬ ਦਿਓ ਨਾ, ਉਸ ਤੋਂ ਵੀ ਲੰਬੀ ਉੱਥੇ ਉਮਰ ਲੱਭਣੀ ਜਿੱਥੇ ਹਿਸਾਬ ਦੇਣਾ ਪੈਣਾ। ਤੇ ਜਨਾਬ ਮੇਰਾ ਤੇ ਇਹੀ ਮੈਸੇਜ ਆ। ਅੱਛਾ, ਭੰਗ ਤੋਂ ਬਾਅਦ ਕੀ ਫੀਲਿੰਗ ਆ ਰਹੀ ਹੈ, ਉਹ ਦਿਲ 'ਚ ਕੀ ਆ ਰਿਹਾ ਤੁਹਾਡੇ? ਇਹ ਵੇਖ ਲਓ ਕੈਸੀਆਂ ਗੱਲਾਂ ਆ ਰਹੀਆਂ, ਇਹ ਨਾ ਅੰਦਰ ਜਾਵੇ ਤੇ ਗੱਲਾਂ ਹੀ ਨਹੀਂ ਆਉਂਦੀਆਂ। ਸਿਆਸਤਦਾਨ ਕਿਹੜਾ ਪਸੰਦ ਹੈ ਤੁਹਾਨੂੰ? ਪਹਿਲਾਂ ਹੋਰ ਪਸੰਦ ਸੀਗਾ, ਲੇਕਿਨ ਹੁਣ ਇਮਰਾਨ ਖਾਨ ਪਸੰਦ ਆ। ਕੈਦੀ ਨੰਬਰ 804 ਪਸੰਦ? ਕੈਦੀ ਨੰਬਰ 804 ਜ਼ਿਆਦਤੀ ਹੈ ਨਾ ਜੀ, ਜੇ ਹੁਣੀ ਅਚਾਨਕ ਇਮਰਾਨ ਖਾਨ ਤੁਹਾਡੇ ਸਾਹਮਣੇ ਆ ਜਾਏ ਜੇਲੋਂ ਬਾਹਰ, ਤੇ ਤੁਹਾਡੇ ਦਿਲੋਂ ਕੀ ਗੱਲ ਨਿਕਲੇਗੀ? ਮੈਂ ਇਹੀ ਕਹਾਂਗਾ ਕਿ ਤੈਨੂੰ ਰੱਬ ਨੇ ਸ਼ਾਨਾ ਦਿੱਤੀਆਂ ਨੇ, ਲੇਕਿਨ ਮੈਂ ਆਪਣੀ ਜੇ ਕਹੋ ਤੇ ਮੈਂ ਗਾ ਆਪਣੇ ਸਟਾਈਲ 'ਚ ਸੁਣਾ ਸਟਾਈਲ 'ਚ ਸੁਣਾ ਦੇਣਾ। ਹੋ ਕਿਆ ਹਮ ਕੋਈ ਗੁਲਾਮ ਹੈ। ਕੈਦੀ ਨੰਬਰ 804 ਸਾਹਿਬ ਜੇ ਸੁਣ ਰਹੇ ਹੋ ਨਾ, ਇਹ ਤੁਹਾਡੀਆਂ ਗੱਲਾਂ ਸਾਡੇ ਦਿਲਾਂ 'ਚ ਰਚ ਵਸ ਗਈਆਂ। ਕਿਆ ਹਮ ਕੋਈ ਗੁਲਾਮ ਹੈ, ਕਿ ਜੈਸਾ ਸਭ ਕਹੇਂਗੇ ਵੈਸਾ ਕਰ ਲੈ ਕਿਉਂ। 75 ਸਾਲ ਹੋ ਗਏ ਨੇ, ਹੁਣ ਨਹੀਂ, ਹੁਣ ਵਾਕਈ ਕੈਦੀ ਨੰਬਰ 804 ਨੇ ਦਿਮਾਗ ਖੋਲ੍ਹਤਾ ਹੈਗਾ। ਹੁਣ ਉਹੀ ਗੱਲ ਕਰਨੀ ਹੈ ਜਿਹੜੀ ਲਿਖੀ ਆਇਨ 'ਚ, ਅਤੇ ਜਿਹੜੀ ਆਇਨ 'ਚ ਗੱਲ ਨਹੀਂ ਲਿਖੀ ਨਾ, ਉਹਦੇ ਸਾਹਮਣੇ ਅਸੀਂ ਗੋਲੀ ਵੀ ਖਾਣਾਂਗੇ, ਫਾਂਸੀ ਵੀ ਚੜ੍ਹ ਜਾਓਗੇ? ਫਾਂਸੀ ਵੀ ਚੜ੍ਹ ਜਾਵਾਂਗੇ, ਅੱਲਾਹ ਉਹਨੂੰ ਆਜ਼ਾਦ ਕਰੇ ਭਾਈ, ਸਾਡੀ ਦੁਆਵਾਂ ਵੇ। ਲੀਡਰ ਆ ਨਾ, ਦੇਖੋ ਉਹਦੇ ਨਾਲ ਇੰਨੀ ਆਵਾਮ ਆ ਉਹਨੂੰ, ਅਤੇ ਫਿਰ ਮੌਕਾ ਦੇਣਾ ਚਾਹੀਦਾ। ਆਪਣਾ ਗੁਜ਼ਰ ਬਸਰ ਕਿਵੇਂ ਕਰਦੇ ਹੋ? ਐਡੀ ਸੋਹਣੀ ਆਵਾਜ਼, ਐਡੀ ਸੋਹਣੀਆਂ ਗੱਲਾਂ, ਹਰ ਚੀਜ਼ ਨੂੰ ਐਡੇ ਅੱਛੇ ਤਰੀਕੇ ਨਾਲ ਬਿਆਨ ਕਰਦੇ ਹੋ, ਅਤੇ ਰੋਟੀ ਪਾਣੀ ਕਿਵੇਂ ਚਲਾਉਂਦੇ ਹੋ? ਹੈ ਭਾਂਡੇ ਵੇਚਣਾ ਮੈਂ, ਉਹ ਵੇਖੋ ਮੇਰੀ ਦੁਕਾਨ ਖੜ੍ਹੀ ਹੈ। ਅੱਛਾ ਜੀ, ਭਾਂਡੇ ਵੀ ਵੇਚਦੇ ਹੋ ਨਾਲ? ਨਾਜ਼ਰੀਨ ਬਿਲਕੁਲ ਇਹ ਦੇਖ ਸਕਦੇ ਹੈ ਮਹਿਮੂਦ, ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਕੀ ਜ਼ੀਨਤ ਬਣਾ ਹੁਆ ਹੈ, ਕਿਸ ਤਰੀਕੇ ਸੇ ਵਾਇਰਲ ਹੁਆ ਹੈ, ਇਸਕੀ ਆਵਾਜ਼ ਜੋ ਹੈ ਉਹ ਲੋਕ ਸੁਣ ਰਹੇ, ਔਰ ਮਿਲੀਅਨਸ ਮੇਂ ਇਸਕੇ ਇੰਟਰਵਿਊ ਜਾ ਰਹੇ ਹੈ। ਯੇ ਬਰਤਨ ਬੇਚਤਾ ਔਰ ਇੱਕ ਜੁੱਗੀ ਮੇਂ ਰਹਤਾ ਹੈ, ਔਰ ਇਤਨੀ ਖੂਬਸੂਰਤ ਬਾਤੇਂ ਕਰਦਾ ਹੈ, ਸਿਆਸਤਦਾਨੋਂ ਕੀ ਬਾਤ ਕੀ ਜਾਏ ਤੋ ਉਸਕੋ ਤੋੜ ਤੱਕ ਚੜ੍ਹਾਤਾ ਹੈ, ਅਗਰ ਆਮ ਆਵਾਮ ਕੀ ਬਾਤ ਕੀ ਜਾਏ ਤੋ ਉਸਕੀ ਬਾਤ ਵੀ ਕਰਤਾ ਹੈ। ਤੋ ਮੇਰਾ ਖਿਆਲ ਹੈ ਕਿ ਪਾਕਿਸਤਾਨ ਮੇਂ ਟੈਲੈਂਟ ਕੀ ਕਮੀ ਨਹੀਂ ਹੈ, ਹਮੇ ਆਪਣੇ ਟੈਲੈਂਟ ਕੋ ਨਜ਼ਰ ਮੇਂ ਰੱਖਣਾ ਚਾਹੀਏ, ਪ੍ਰਮੋਟ ਕਰਨਾ ਚਾਹੀਏ, ਐਸੇ ਲੋਕੋ ਕੋ ਜ਼ਾਇਆ ਨਹੀਂ ਕਰਨਾ ਚਾਹੀਏ। ਤੋ ਨਾਜ਼ਰੀਨ ਆਜ ਕੇ ਲੀਏ ਯਹੀ ਥਾ, ਮਿਲਤੇ ਹੈ ਨਈ ਸਟੋਰੀ, ਨਏ ਟੌਪਿਕ ਕੇ ਸਾਥ, ਤਬ ਤੱਕ ਕੇ ਲੀਏ ਇਜਾਜ਼ਤ ਦੀਜੀਏ, ਅੱਲਾ ਹਾਫਿਜ਼।